ਅਦਾਕਾਰ ਸਾਹਿਲ ਖਾਨ ਦੀਆਂ ਮੁਸੀਬਤਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਨੇ। ਸਾਹਿਲ ਤੇ ਮਹਾਦੇਵ ਬੈਟਿੰਗ ਐਪ ਚਲਾਉਣ ਤੇ ਪ੍ਰਮੋਟ ਕਰਨ ਦੇ ਇਲਜ਼ਾਮ ਲੱਗੇ ਨੇ। ਜਾਣਕਾਰੀ ਮੁਤਾਬਿਕ ਇਹ 15,000 ਕਰੋੜ ਦਾ ਘੁਟਾਲਾ ਮਾਮਲਾ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਸਿੱਟ ਨੇ ਸਾਹਿਲ ਖਾਨ ਤੋਂ ਪੁੱਛਗਿੱਛ ਕੀਤੀ ਸੀ। ਇਹ ਮਾਮਲਾ ਮੁੰਬਈ ਦੀ ਮਾਂਟੂੰਗਾ ਪੁਲਿਸ ਨੇ ਦਰਜ ਕੀਤਾ ਸੀ ਅਤੇ ਇਸ ਮਾਮਲੇ ਦੇ ਵਿੱਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਅਤੇ ਮੁਸਤਕੀਮ ਅਤੇ ਸੌਰਵ ਚੰਦਰਾਕਰ ਦੇ ਨਾਂ ਸ਼ਾਮਿਲ ਕੀਤੇ ਗਏ ਸਨ ਤੇ ਹੁਣ ਇਸ ਮਾਮਲੇ 'ਚ ਹਾਲੇ ਤੱਕ ਇੱਕ ਵਿਅਕਤੀ ਦੀ ਹੀ ਗ੍ਰਿਫਤਾਰੀ ਹੋ ਪਾਈ ਹੈ। ਸਾਹਿਲ ਖਾਨ ਦੁਬਈ 'ਚ ਹੋਈ ਇਸ ਐਪ ਦੀ ਇੱਕ ਪਾਰਟੀ 'ਚ ਨਜ਼ਰ ਆਏ ਸੀ। ਉਸ ਤੋਂ ਬਾਅਦ ਉਹ ਸਿੱਟ ਦੀ ਰਡਾਰ 'ਤੇ ਆ ਗਏ ਸਨ। ਸਾਹਿਲ ਖਾਨ ਨੂੰ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ। ਕੁੱਲ 37 ਲੋਕਾਂ ਦੇ ਖਿਲਾਫ ਇਸ ਐਪ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਤਾਂ ਦੱਸ ਦਈਏ ਕਿ ਹਿਰਾਸਤ 'ਚ ਲੈਣ ਤੋਂ ਬਾਅਦ ਹੁਣ ਕੁਝ ਹੀ ਦੇਰ ਬਾਅਦ ਸਾਹਿਲ ਖਾਨ ਨੂੰ ਮੁੰਬਈ ਲਿਆਂਦਾ ਜਾਵੇਗਾ, ਜਿੱਥੇ ਜਾ ਕੇ ਉਹਨਾਂ ਤੋਂ ਮੁੜ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਸਾਹਿਲ ਖਾਨ 'ਤੇ ਇਲਜ਼ਾਮ ਨੇ ਕਿ ਮਹਾਦੇਵ ਬੈਟਿੰਗ ਐਪ ਦੀ ਸਿਸਟਰ ਲੋਟਸ ਐਪ 247 ਦੀ ਪਾਰਟਨਰਸ਼ਿਪ ਦੇ ਇਲਜ਼ਾਮ ਨੇ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਆਖਰ ਸਾਹਿਲ ਖਾਨ ਹੈ ਕੌਣ। ਸਾਹਿਲ ਖਾਨ ਹਮੇਸ਼ਾ ਆਪਣੀ ਫਿਟਨੈਸ ਨੂੰ ਲੈ ਕੇ ਜਾਣੇ ਜਾਂਦੇ ਨੇ। ਉਹਨਾਂ ਨੇ ਐਕਸਕਿਊਜ਼ ਮੀ ਤੇ ਸਟਾਈਲ ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਹਾਲਾਂਕਿ ਸਾਹਿਲ ਫਿਲਮਾਂ 'ਚ ਕੁਝ ਨਹੀਂ ਕਰ ਸਕੇ ਤਾਂ ਉਹਨਾਂ ਨੇ ਇਹ ਇੰਡਸਟਰੀ ਛੱਡ ਦਿੱਤੀ। ਫਿਰ ਇਸ ਤੋਂ ਬਾਅਦ ਉਹਨਾਂ ਦੀ ਫਿਟਨੈਸ ਜਰਨੀ ਸ਼ੁਰੂ ਹੁੰਦੀ ਹੈ। ਸਾਹਿਲ ਇਹਨਾਂ ਦਿਨਾਂ ਡਿਵਾਈਨ ਨਿਊਟ੍ਰੀਸ਼ੀਅਨ ਦੀ ਕੰਪਨੀ ਚਲਾਉਂਦੇ ਨੇ ਜੋ ਕਿ ਫਿਟਨੈਸ ਸਪਲੀਮੈਂਟ ਵੇਚਦੀ ਹੈ। ਸਾਹਿਲ ਅਕਸਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਰਹਿੰਦੇ ਨੇ। ਇਸੇ ਸਾਲ ਫਰਵਰੀ 'ਚ ਉਹਨਾਂ ਨੇ ਆਪਣੇ ਦੂਜੇ ਵਿਆਹ ਦਾ ਵੀ ਖੁਲਾਸਾ ਕੀਤਾ ਸੀ।